ਪਲੇ 'ਚ ਪਤਾ ਲੱਗਿਆ ਵੀ ਰੇਡ ਹੋਈ ਹੈ, ਜਿਵੇਂ ਹੀ ਪਤਾ ਲੱਗਿਆ ਉਵੇਂ ਪਹੁੰਚੇ ਇੱਥੇ ਜੀ, ਪੁਲਿਸ ਮੁਲਾਜ਼ਮ ਅੰਦਰ ਆਪਦਾ ਕੰਮ ਕਰ ਰਹੇ ਆ। ਕੁਛ ਪਤਾ ਲੱਗਿਆ ਕਿ ਲੜਕੇ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਕਾਫੀ, ਕੋਈ ਬਾਹਰੋਂ ਪੁਲਿਸ ਆਈ ਗਈ? ਇਹ ਜ਼ਰੂਰ ਪਤਾ ਲੱਗਿਆ ਕਿ ਇੱਥੇ ਬਾਹਰ ਰੋਡ 'ਤੇ ਲੜਕੇ ਦੀ ਕੁੱਟਮਾਰ। ਮੁਹੱਲੇ ਵਾਲੇ ਕਾਫੀ ਖੜੇ ਜੀ, ਪਰੇਸ਼ਾਨ ਹੋਏ, ਫਿਰ ਪੁਲਿਸ ਦੱਸ ਨਹੀਂ ਰਹੀ ਕੁਛ? ਮੁਹੱਲਾ ਸਾਰਾ ਪਰੇਸ਼ਾਨ, ਸਾਰਾ ਮੁਹੱਲਾ ਇਕੱਠਾ ਹੋਇਆ ਜੀ, ਇੱਕ ਮੁਹੱਲੇ ਦੋ ਮੁਹੱਲੇ ਇੱਥੇ ਇਕੱਠੇ ਹੋਏ। ਤੁਹਾਡੀ ਪੁਲਿਸ ਨਾਲ ਹੋਈ ਕੋਈ ਗੱਲਬਾਤ ਹੁਣ? ਨਹੀਂ ਹਜੇ, ਜਿਵੇਂ ਅਫਸਰ ਬਾਹਰ ਹੁੰਦੇ ਗੱਲ ਕਰਾਂਗੇ, ਉਹਨਾਂ ਨੂੰ ਪੁੱਛਣਾ। ਠੀਕ ਹੈ। ਇਸ ਘਰ ਦੇ ਵਿੱਚ ਰਜਿਸਟ੍ਰੇਸ਼ਨ ਚੱਲਦੀ ਪਈ ਹੈ, ਸਾਰੇ ਮੁਲਾਜ਼ਮ ਅੰਦਰ ਹੈ, ਕੁਛ ਮੁਲਾਜ਼ਮ ਮੇਰੇ ਭਾਈ ਸਾਹਿਬ ਅੰਦਰ ਬਾਹਰ ਖੜੇ ਹੈ। ਭਾਜੀ ਗੱਲ ਕੀ ਹੋਈ ਸਾਰੀ, ਇਹ ਦੱਸੋ ਭਾਈ, ਇਹ ਮੈਨੂੰ ਦੱਸੋ ਵੀ ਅੰਦਰ ਕੀ ਹੋਇਆ ਵਾ? ਤੁਸੀਂ ਕਹਿੰਦੇ ਅੰਦਰ ਚਿੱਟਾ ਵਾ, ਚਿੱਟੇ ਵਾਲੇ ਬੰਦੇ ਹੈ ਜਾਂ ਨਹੀਂ ਹੈ, ਵੀ ਅੰਦਰ ਗਏ ਹੈ ਜਾਂ ਨਹੀਂ ਗਏ ਬੰਦੇ? ਸਾਰੇ SHO ਵੀ ਜੋ ਵੀ ਆ ਆਪਣੇ ਗਏ ਹੈ, ਭਾਈ ਜੀ ਖੜੇ ਨੇ, ਮੇਰੇ ਮੁਲਾਜ਼ਮ ਜੀ ਖੜੇ ਨੇ, ਮੇਰੇ ਭਾਈ ਸਾਹਿਬ ਖੜੇ ਨੇ, ਇਹ ਸਾਰਿਆਂ ਨੂੰ ਤੁਸੀਂ ਬਾਹਰ ਖੜਾਏ ਹੋਇਆ, ਵੀ ਕਿਉਂ ਨਹੀਂ ਅੰਦਰ ਜਾਂਦੇ ਪਏ? ਅੰਦਰ ਤੁਹਾਨੂੰ ਕੀ ਲੱਗਦਾ ਅੰਦਰ ਕੀ ਆ ਜੀ? ਅੰਦਰ ਬਾਈ ਜੀ ਮੈਨੂੰ ਸਾਰਾ ਪਤਾ ਵੀ ਕਿਉਂ ਨਹੀਂ ਹੈਗਾ, ਤੁਸੀਂ ਸਾਰੇ ਬਾਹਰ ਖੜੇ ਆ, ਤੁਸੀਂ ਚੁੱਪ ਚੁੱਪ ਤੇ ਉਂਗਲਾਂ ਦੇ ਮੂੰਹ ਤੇ ਹੱਥ ਰੱਖ ਖੜੇ, ਕਿਉਂ ਨਹੀਂ ਜਾਂਦੇ ਪਏ? ਡਿਪਟੀ ਸਾਹਿਬ, ਡਿਪਟੀ ਸਾਹਿਬ ਕੀ ਗੱਲ ਹੋਈ ਇੱਥੇ? ਸਰ ਕੀ ਗੱਲ ਹੋਈ ਇੱਥੇ ਸਰ? ਅੱਜ ਸਰ ਕੀ ਗੱਲ ਹੋਈ, ਕੁਛ ਪਤਾ ਲੱਗਿਆ ਕੁਝ? ਯਾਰ ਇੱਧਰ ਸਾਈਡ ਤੇ ਹੋ ਜਾ। ਡਿਪਟੀ ਸਾਹਿਬ ਸਰ ਕੁਛ ਪਤਾ ਲੱਗਿਆ ਕਿੱਥੋਂ ਆਏ ਜੀ? ਠੀਕ ਹੈ। Thank you.